ਭਾਈ ਮਾੜਾ ਆ ਨਾ ਛੇਤੀ ਹੱਥ ਲਾਇਆਗਾ ਆ ਮੌਸਮ ਦਾ ਵੀ ਹੁਣ ਤਾਂ ਫਰਕ ਪੈ ਗਿਆ ਆ ਪਹਿਲਾਂ ਲੈਂਟਰ ਲੱਗਿਆ ਹੋਇਆ ਸੀ ਤਾਂ ਹੱਥਾ ਕੰਮ ਬੰਦ ਰਹੇਗਾ ਹੁਣ ਖੁੱਲਿਆ ਲੈਂਟਰ ਹੁਣ ਤੁਸੀਂ ਲਿਚਕ ਲਿਚਿਆ ਕਰੀ ਜਾਂਦੇ ਹੋ ਕੰਮ ਹੈ ਤਾਂ ਅਰੀ ਕਰਤੇ ਰਹੇ ਤੇ ਉਹ ਤਾਂ ਅਰੀ ਬੋਲੀ ਜਾਂਦਾ ਹੈ ਆ ਪਤਾ ਨਹੀਂ ਕੀ ਕਹੀ ਜਾਂਦਾ ਉਹ ਬੋਲਣਾ ਦਾ ਤਾਂ ਕੀ ਕਰਾਂ ਸਾਡੇ ਪੈਸੇ ਲੱਗ ਰਹੇ ਨੇ ਨਾ ਹੁਣ ਖੜਾ ਕੀ ਦੇਖੀ ਜਾਂਦਾ ਕੰਮ ਕਰ ਲਾ ਆ ਧੁੱਪ ਵੀ ਹੁਣ ਤਾਂ ਇੰਨੀ ਚੁਭਦੀ ਆ ਬੰਦਾ ਮੰਜਾ ਡਾ ਕੇ ਨਹੀਂ ਬੈਠ ਸਕਦਾ ਕਮਰੇ ਤਿਆਰ ਕਰ ਛੇਤੀ ਛੇਤੀ ਤਾਂ ਕਿ ਅਸੀਂ ਕਮਰੇ ਚ ਵੜਦੇ ਹੋਈਏ ਕਰ ਤਰਾ ਹਾਂ ਰਹਾ ਹੁੰਦਾ ਲੱਗਦਾ ਕੰਮ ਕਰ ਮੰਮੀ ਮੈਂ ਕਹਿੰਦੀ ਆਪਾਂ ਇੱਕ ਵਾਰੀ ਮਹਿੰਦੋ ਦੇ ਘਰ ਜਾਏ ਆਉਂਦੇ ਹਾਂ ਦੇਵ ਇੰਨਾ ਕੁਛ ਬੋਲ ਕੇ ਗਿਆ ਜਿਹੜਾ ਮੂੰਹ ਤੇ ਇੰਨਾ ਕੁਛ ਕਹਿ ਗਿਆ ਖਬਰਾਂ ਲੋਕਾਂ ਨੂੰ ਕੀ ਕੁਛ ਬੋਲਦੇ ਹੋਣੇ ਆ ਨਾ ਮੇਰਾ ਨੀ ਜੀ ਕਰਦਾ ਉਹ ਤਾਂ ਹੰਕਾਰ ਹੀ ਫਿਰਦੀ ਆ ਵੀ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਉਹ ਆਪਾਂ ਮਹਿੰਦੋ ਕਰਕੇ ਥੋੜਾ ਜਾਣਾ ਆਪਾਂ ਤਾਂ ਲੋਕ ਲਿਹਾਜ ਨੂੰ ਜਾਣਾ ਚਾਹੇ ਕੁਛ ਵੀ ਆ ਮੈਂ ਨੀ ਮਹਿੰਦੋ ਦੇ ਘਰੇ ਜਾਣਾ ਮੈਂ ਤਾਂ ਪੈਰ ਵੀ ਨਹੀਂ ਪਾਉਂਦੀ ਮੰਮੀ ਆਪਾਂ ਮਹਿੰਦੋ ਦੇ ਘਰੇ ਥੋੜੀ ਜਾਣਾ ਤੁਹਾਡੇ ਪੁੱਤ ਦੇ ਘਰੇ ਜਾਣਾ ਨਾਲੇ ਤੁਸੀਂ ਸੁਣਿਆ ਨੀ ਦੇਵ ਕੀ ਕਹਿੰਦਾ ਸੀਗਾ ਵੀ ਮੈਂ ਆਪਣੀ ਮਾਂ ਦੇ ਘਰੇ ਆਇਆ ਰੋਜੀ ਦੇ ਘਰ ਨਹੀਂ ਮੰਮੀ ਚਾਹੇ ਆਹ ਘਰ ਆਪਣੇ ਦੋਨਾਂ ਦਾ ਪਰ ਦੇਵ ਤਾਂ ਤੁਹਾਡਾ ਕੱਲੀ ਦਾ ਕਹਿ ਕੇ ਗਿਆ ਉਹ ਭਾਵੇਂ ਮਹਿੰਦੋ ਦਾ ਘਰ ਆ ਪਰ ਜਾਣਾ ਤਾਂ ਆਪਾਂ ਤੁਹਾਡੇ ਪੁੱਤ ਕਰਕੇ ਹੀ ਆ ਗੱਲ ਤਾਂ ਤੂੰ ਸਹੀ ਕਹਿੰਦੀ ਆ ਪਰ ਰੋਜੀ ਉੱਥੇ ਜਾ ਕੇ ਕਰਾਂਗੇ ਕੀ ਪਹਿਲਾਂ ਤਾਂ ਮੰਮੀ ਆਪਾਂ ਜਾ ਕੇ ਲਾਂਬਾ ਲਾਹਾਂਗੇ ਦੇਵ ਦਾ ਦੂਜਾ ਫਿਰ ਆਪਾਂ ਉਹਨੂੰ ਦਵਾਂਗੇ ਵਧਾਈਆਂ ਲੈਂਟਰ ਦੀਆਂ ਫਿਰ ਦੇਖਦੇ ਆ ਮਹਿੰਦੋ ਕੀ ਕਰਦੀ ਆ ਬਾਹਲੀ ਗੱਲ ਆ ਚਾਹ ਪੀ ਕੇ ਮੁੜੇ ਆਵਾਂਗੇ ਚੱਲ ਫਿਰ ਹੋਰ ਤਿਆਰ ਚੱਲਦੇ ਆ ਉਹ ਮੰਮੀ ਮੈਨੂੰ ਤਿਆਰ ਹੋਣ ਦੀ ਕੀ ਲੋੜ ਆ ਤੁਹਾਡੇ ਸਾਹਮਣੇ ਦੇਖੋ ਤਿਆਰ ਤਾਂ ਬੈਠੀ ਆ ਨਾਲੇ ਆਪਣੇ ਜਾਣ ਦੇ ਦੋ ਫਾਇਦੇ ਹੋਣੇ ਆ ਦੋ ਫਾਇਦੇ ਉਹ ਕਿਹੜੇ ਕਿਹੜੇ ਇੱਕ ਤਾਂ ਲੋਕਾਂ ਚ ਹੋ ਜੂ ਵੀ ਮਹਿੰਦੋ ਅੱਡ ਹੋਣ ਤੋਂ ਬਾਅਦ ਆਕੜ ਦੀ ਮਾਰੀ ਨਹੀਂ ਆਈ ਤੇ ਸੱਸ ਨੂੰ ਫੇਰ ਵੀ ਗਈਆਂ ਗਲਤੀ ਸਾਰੀ ਮਹਿੰਦੋ ਜੀ ਨਿਕਲੂ ਤੇ ਦੂਜਾ ਕੀ ਫਾਇਦਾ ਦੂਜਾ ਆਪਣੀ ਮਹਿੰਦੋ ਦੇ ਉੱਪਰ ਲੱਤ ਹੋ ਜੂ ਲੋਕ ਲਾਜ ਵੀ ਰਹਿ ਜੂ ਤੇ ਦੇਵ ਵੀ ਖੁਸ਼ ਹੋ ਜੂ ਉਹ ਗੱਲ ਤਾਂ ਤੇਰੀ ਸਹੀ ਆ ਚੱਲ ਚੱਲੀਏ ਫਿਰ ਇਹ ਕਿੱਥੋਂ ਆ ਗਈਆਂ ਉਹ ਵੀ ਦੋਨੇ ਇਕੱਠੀਆਂ ਬਸ ਰੱਬਾ ਹੁਣ ਮੇਰੀ ਖੈਰ ਰੱਖੀ ਆ ਜਾਓ ਮੰਮੀ ਬੈਠੋ ਅੱਜ ਇਕੱਠੇ ਨਾ ਕੀ ਗੱਲ ਇਕੱਠੀਆਂ ਆ ਨਹੀਂ ਸਕਦੀਆਂ ਨਹੀਂ ਨਹੀਂ ਤੁਸੀਂ ਬੈਠੋ ਭਈਆ ਤੁਸੀਂ ਲੈ ਕੇ ਆਈ ਹੋਰ ਸੁਣਾਓ ਮੰਮੀ ਕਿਵੇਂ ਆਏ ਤੈਨੂੰ ਪਹਿਲਾਂ ਵੀ ਕਿਹਾ ਬਾਰ ਬਾਰ ਪੁੱਛੀ ਜਾਂਦੀ ਹੋ ਕਿਵੇਂ ਆਏ ਕੀ ਗੱਲ ਆ ਨਹੀਂ ਸਕਦੇ ਉਹ ਮੈਂ ਤਾਂ ਇਹੀ ਪੁੱਛਿਆ ਵੀ ਕਿਵੇਂ ਆਏ ਐ ਤਾਂ ਨਹੀਂ ਪੁੱਛਿਆ ਵੀ ਕਿਉਂ ਆਏ ਕਹਿ ਵੀ ਨਹੀਂ ਸਕਦੀ ਵੀ ਕਿਉਂ ਆਏ ਹੋ ਮੈਂ ਆਪਣੇ ਪੁੱਤ ਦੇ ਘਰੇ ਆਈ ਆ ਚਾਹ ਲਿਆਵਾਂ ਕਿ ਦੁੱਧ ਖਾ ਪੀ ਕੇ ਐ ਸਾਰਾ ਕੁਛ ਦੇਵ ਕਿੱਥੇ ਆ ਦੇਵ ਉਹ ਤਾਂ ਗਏ ਹੋਏ ਨੇ ਆਉਂਦੇ ਹੀ ਹੋਣਗੇ ਅਸੀਂ ਤਾਂ ਵਧਾਈਆਂ ਦੇਣ ਆਏ ਸੀ ਦੇਵ ਨੂੰ ਲੈਂਟਰ ਦੀਆਂ ਉਹ ਕੋਈ ਗੱਲ ਨਹੀਂ ਮੰਮੀ ਤੁਸੀਂ ਵਧਾਈਆਂ ਦੇਣੀਆਂ ਨੇ ਮੈਨੂੰ ਦੇ ਦਿਓ ਉਹ ਮੈਂ ਵੀ ਤਾਂ ਤੁਹਾਡੀ ਨੂੰਹ ਆ ਨਾਲੇ ਮਕਾਨ ਇਕੱਲਾ ਕਿਹੜਾ ਦੇਵ ਦਾ ਸਾਡੇ ਦੋਹਾਂ ਦਾ ਜੇ ਮੇਰਾ ਮੁੰਡਾ ਨਾ ਤਾਂ ਹੀ ਤੂੰ ਆ ਤੇ ਵਧਾਈਆਂ ਵੀ ਮੈਂ ਆਪਣੇ ਮੁੰਡੇ ਨੂੰ ਦਊਂਗੀ ਮੰਮੀ ਵਾਹ ਆਈ ਗਈ ਫਿਰ ਪੁੱਤ ਦੀ ਯਾਦ ਹੈ ਯਾਦ ਤਾਂ ਦੇਵ ਉਹਦੀ ਆਉਂਦੀ ਆ ਜਿਹਨੂੰ ਕਦੇ ਕੋਈ ਭੁੱਲਿਆ ਹੋਵੇ ਮੰਮੀ ਤਾਂ ਬਸ ਉੱਠਦੇ ਬਹਿੰਦੇ ਤੈਨੂੰ ਯਾਦ ਕਰਦੇ ਰਹਿੰਦੇ ਨੇ ਹਾਂ ਪੁੱਤ ਕੋਈ ਇਹੋ ਜਿਹਾ ਟਾਈਮ ਨਹੀਂ ਜਦੋਂ ਤੈਨੂੰ ਮੈਂ ਯਾਦ ਨਾ ਕੀਤਾ ਹੋਵੇ ਪਰ ਤੂੰ ਕਿਸੇ ਦੇ ਮਗਰ ਲੱਗ ਕੇ ਨਾ ਮਾਂ ਨੂੰ ਇਹ ਭੁੱਲ ਗਿਆ ਮੰਮੀ ਪੁੱਤ ਵੀ ਕਦੇ ਮਾਂ ਨੂੰ ਭੁੱਲ ਸਕਦੇ ਆ ਤੇ ਜਿਹਦੇ ਵੱਲ ਹੱਥ ਕਰਕੇ ਤੁਸੀਂ ਕਿਸੇ ਕਿਹਾ ਨਾ ਇਹ ਘਰ ਵਾਲੀ ਹੈ ਮੇਰੀ ਤੇ ਤੁਸੀਂ ਆਪ ਹੀ ਵਿਆਹ ਕੇ ਲੈ ਕੇ ਆਏ ਸੀ ਇਹਨੂੰ ਮੰਮੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਤੁਸੀਂ ਮੇਰੇ ਤੇ ਰੋਜੀ ਦੇ ਵਿੱਚ ਇੰਨਾ ਫਰਕ ਕਿਉਂ ਰੱਖਦੇ ਹੋ ਉਹ ਹਮੇਸ਼ਾ ਤੁਹਾਡੇ ਨੇੜੇ ਰਹਿੰਦੀ ਆ ਤੇ ਮੈਂ ਹਮੇਸ਼ਾ ਦੂਰ ਤੂੰ ਮੰਮੀ ਨੂੰ ਕੀ ਪੁੱਛਦੀ ਆ ਤੈਨੂੰ ਮੈਂ ਹੀ ਦੱਸਦੀ ਆ ਮੈਂ ਤੇਰੇ ਵਾਂਗੂ ਨਾ ਮੰਮੀ ਨੂੰ ਜਵਾਬ ਨਹੀਂ ਦਿੰਦੀ ਤੇ ਨਾ ਹੀ ਮੂਹਰੇ ਬੋਲਦੀ ਆ ਤੇ ਸਭ ਤੋਂ ਵੱਡੀ ਗੱਲ ਜਿਹਦੇ ਕਰਕੇ ਮੰਮੀ ਤੈਨੂੰ ਚੰਗਾ ਨਹੀਂ ਸਮਝਦੇ ਮੈਂ ਮੰਮੀ ਦਾ ਮੁੰਡਾ ਨਾ ਤੇਰੇ ਵਾਂਗੂ ਮੰਮੀ ਤੋਂ ਦੂਰ ਨਹੀਂ ਕੀਤਾ
मैं मिंदों करके नहीं दूर होया, मम्मी तो मैं थोड़े करके दूर होया। भाभी देव तू बोलदा कि मैं अपनी भाभी नूं? मम्मी सच ही कहना, मैं झूठ तो मैं कुछ भी नहीं कहा। तेनूं रोजी ने कहा सी अड होण नूं, तू अपनी जनानी दे मगर लग के अड होया, ना कि रोजी करके। नहीं मम्मी, रोजी करके ही अड होया, मिंदों करके नहीं। तुसी अखां बंद करके इहदे ते यकीन करदे हो, पर इह यकीन दे काबिल नहीं। ना तेरा इह जिहा मैं की बिगाड़ता, तू जद देखो मेरे खिलाफ बोलदा रहे ना। बिगाड़ता ओ भाभी, तुसी छड्डे ही की है मेरे कोले, एक पुत नूं अपनी मां तों दूर करता तुसी। चलो छड्डो तुसी इहनां गल्लां नूं, मम्मी इन्ने टाइम बाद आए ने, पुरानियां गल्लां छेड़न दा की फायदा। ओ पुरानियां गल्लां मैं थोड़ी छेड़दा, मम्मी उहनूं छेड़दे ने। मैं तां कहिंदा वी ना करो ना करो, असीं टिके होए सानूं टिकण दो, पर ना आके कोई ना कोई तीली लाउणी हुंदी आ। आ देख लै किवें बोलदा, हुण खुश आ मेरे मुंडे ने मेरे खिलाफ करके। मैं तैनूं किन्ना कहा सी रोजी वी मैं नहीं जाना, तैनूं असीं वी आपां जाके वधाइयां दे आउंदे आ। इहदा मतलब मम्मी तुसीं अपने आप नहीं आए, भाभी दे कहे ते आए हो, पुत दी याद नहीं आई। गल तां फिर उहदे ही सुणी आ। आ गया स्वाद, दे लिया वधाइयां, चल चलिए। मिलकियां जी वधाइयां, बहुत बहुत धन्नवाद भाभी जी, ते तुहाडा वी। पर वीरा नहीं आया, ओ मैनूं लगदा वीरे नूं दस्या नहीं होणा वी लैंटर पिया के नहीं पिया। जह जह तू आपदी भरजाई नूं पुछ लिया, ओह जिहा भरा नूं पुछ लैणा सी। रहण दे रोजी, इहनूं की पता वी कौण अपना ते कौण पराया, इह तां मिंदों दा चक्किया चकाया बोलदा। इहनूं अज नहीं पता लगदा चंगे माड़े दा, जिद्धर पता लग्गिया ना उधर अखां च घसुन दे के रोवेगा। चल रोजी चलिए। मैनूं तां इह नहीं समझ च लगदी वी मम्मी मेरे नाल इन्ना फर्क क्यों करदे ने। पता नहीं ओह कहिंदे हुंदे ने ना वी जिहनूं इक वारी दिल माड़ा मन लवे ओह चाहे लख सोने दा बण जावे तां वी माड़ा ही रहिंदा। मैनूं वी इही गल समझ नहीं आ रहा। मैनूं वधाइयां देण आई सी मां, ते दे के बद्दू आ गई आ। तरस आउंदा मम्मी तेरे ते, किते रोजी भाभी करके तू ना रोवीं। मेनू तो यही नहीं समझ च आउंदा ਵੀ ਮੰਮੀ ਮੇਰੇ ਨਾਲ ਇੰਨਾ ਫਰਕ ਕਿਹੜੀ ਗੱਲੋਂ ਕਰਦੇ ਆ। ਮਿਲਾ ਤਾਂ ਅਸਲ 'ਚ ਕਹਿੰਦੇ ਹੁੰਦੇ ਆ ਨਾ ਵੀ ਇੱਕ ਵਾਰੀ ਜਿਹਨੂੰ ਬੰਦਾ ਚੰਗਾ ਮੰਨ ਲਵੇ ਨਾ ਉਹ ਚਾਹੇ ਲੱਖ ਮਾੜੀਆਂ ਗੱਲਾਂ ਕਰੀ ਚੱਲੇ ਉਹ ਚੰਗਾ ਹੀ ਰਹਿੰਦਾ, ਤੇ ਜਿਹੜਾ ਬੰਦਾ ਚੰਗਾ ਹੋਵੇ ਉਹ ਚਾਹੇ ਮੈਨੂੰ ਤਾਂ ਇਹ ਨਹੀਂ ਸਮਝ 'ਚ ਆਉਂਦੀ ਵੀ ਮੰਮੀ ਮੇਰੇ ਨਾਲ ਇੰਨਾ ਫਰਕ ਕਿਉਂ ਕਰਦੇ ਆ। ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਬੰਦਾ ਇੱਕ ਵਾਰੀ ਚੰਗਾ ਬਣ ਜਾਵੇ ਨਾ ਚਾਹੇ ਉਹ ਲੱਖ ਮਾੜੀਆਂ ਗੱਲਾਂ ਕਰੀ ਜਾਵੇ ਤਾਂ ਵੀ ਚੰਗਾ ਹੀ ਰਹਿੰਦਾ ਹੁੰਦਾ। ਕੰਧ ਤੋਂ ਤੂੰ ਕੰਧ ਹੋਊਗੀ ਉੱਥੋਂ ਹੋਣਾ ਹੀ ਨੀ ਗਾ। ਬਾਹਰ ਖੜੇ ਨੇ ਤੁਸੀਂ ਮੈਨੂੰ ਕਿਹਾ ਸੀ ਟੁੱਟੀ ਨੀ ਹੈਗੀ, ਸਾਫ਼ ਹੋਈ ਆ ਉਹ ਟੁੱਟੀ ਨਹੀਂ ਸਾਫ਼ ਜਾਨੂੰ ਮੈਂ ਸਾਰਾ ਕੁਛ ਭਰ ਲਿਆ। 1 2 3 ਐਕਸ਼ਨ।
ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਿਹਨੂੰ ਇੱਕ ਵਾਰੀ ਚੰਗਾ ਮੰਨ ਲਵੇ ਨਾ ਦਿਲ ਤਾਂ ਉਹ ਸਾਰੀ ਉਮਰ ਚੰਗਾ ਹੀ ਰਹਿੰਦਾ ਚਾਹੇ ਉਹ ਲੱਖ ਮਾੜੇ ਕੰਮ ਕਰ ਲਵੇ ਤੇ ਜਿਹੜਾ ਚੰਗਾ ਬੰਦਾ ਉਹ ਜਦ ਦਿਲ ਨੂੰ ਇੱਕ ਵਾਰੀ ਮਾੜਾ ਲੱਗ ਜਾਵੇ ਨਾ ਉਹ ਚਾਹੇ ਸੋਨੇ ਦਾ ਵੀ ਬਣ ਜਾਵੇ ਉਹ ਤਾਂ ਵੀ ਮਾੜਾ ਹੀ ਰਹਿੰਦਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੇ ਬੰਦੇ ਨੂੰ ਦਿਲ ਇੱਕ ਵਾਰੀ ਮਾੜਾ ਬਣ ਮੰਨ ਲਵੇ ਬਣ ਲਵੇ